कपूरथला के सुल्तानपुर लोधी में शक की हालातों में 44 वर्षीय व्यक्ति की मौत हो गई। परिजनों का आरोप है कि एक घंटा पहले पुलिस उसे यह कहकर ले गई थी कि तुम्हारा किसी के साथ राजीनामा करवाना है, पर एक घंटे बाद व्यक्ति की मौत हो गई। परिवार के आरोप के अनुसार पुलिस के ले जाने के बाद दर्शन सिंह को जहर दे दिया गया और इस मामले में मृतक की इलाज दौरान आखिरी वीडियो भी सामने आई है, जिसमें वह शहर के बड़े कारोबारी व अकाली दल के सबका शहरी प्रधान व नगर कौंसिल के सबका प्रधान पर जहर देने का आरोप लगा रहा है। इस मामले में मृतक दर्शन सिंह के सामने आए वायरल वीडियो और परिजनों के बयानों के आधार पर पुलिस आगे की कार्रवाई करने में जुट गई है, जबकि पुलिस अपने पर लगे आरोपों को गलत बता रही है। सुल्तानपुर लोधी कपूरथला से सुरेंद्र सिंह बब्बू की रिपोर्ट। ਬਿੱਟੂ ਕੁੱਕੂ ਮੁਰਦਾਬਾਦ 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 ਬਿੱਟੂ ਕੁੱਕੂ ਮੁਰਦਾਬਾਦ ਮੁਰਦਾਬਾਦ ਉਹ ਨਾਲਾ ਰੇ ਡੇਟੇ ਉਹ ਥਾਲਿਓ ਮੜੀਆਂ ਬਣਾ ਲਓ ਆਪਦੀਆਂ ਹੱਥੇ ਉਹ ਤੁਹਾਡਾ ਬੇੜਾ ਗਰਕ ਜੇ ਤੁਹਾਡਾ ਹਾਂਜੀ ਕੀ ਗੱਲ ਹੋਈ ਕਿੱਦਾਂ ਡੈਥ ਹੋਈ ਇਹ ਡੈਥ ਜੀ ਕਹਿੰਦੇ ਸੀ ਵੀ ਕਿੰਨੇ ਦਿਨਾਂ ਦਾ ਕਹਿੰਦੇ ਡਿਊਟੀ ਸਾਹਿਬ ਨੇ ਤੁਹਾਨੂੰ ਸੱਦੇ ਡਿਊਟੀ ਸਾਹਿਬ ਸੱਦਿਆ ਸੀ ਅੱਗੇ ਪਹਿਲਾਂ ਵੀ ਥੋੜ੍ਹੇ ਦਿਨ ਗਿਆ ਸੀ ਡਿਊਟੀ ਸਾਹਿਬ ਨੂੰ ਕਾਗਜ਼ ਦੇ ਆਇਆ ਸੀ ਅੱਜ ਕੋਈ ਬੰਦਾ ਆਇਆ ਹੈ ਉਹ ਕਹਿੰਦਾ ਵੀ ਤੁਹਾਨੂੰ ਡਿਊਟੀ ਸਾਹਿਬ ਨੇ ਬੁਲਾਇਆ ਅਤੇ ਉਹ ਮੁੰਡੇ ਨੂੰ ਲੈ ਗਏ ਆ ਅਤੇ ਉੱਥੇ ਕਹਿੰਦੇ ਬਿੱਟੂ ਕੁੱਕੂ ਨੇ ਪਤਾ ਨਹੀਂ ਕੀ ਦਿੱਤਾ ਅਤੇ ਕੀ ਨਹੀਂ ਦਿੱਤਾ ਅਤੇ ਉਹ ਥਾਣੇ ਦੇ ਵਿੱਚ ਲੈ ਗਏ ਉੱਥੇ ਪਤਾ ਨਹੀਂ ਉਹਨਾਂ ਨੇ ਕੀ ਦਿੱਤਾ ਅਤੇ ਕੀ ਨਹੀਂ ਦਿੱਤਾ ਇਹ ਉਹ ਮੁੰਡਾ ਤਾਂ ਕਹਿੰਦਾ ਧੀਰਾਂ ਨੇ ਮੈਨੂੰ ਦਿੱਤਾ ਕੁਛ ਅਤੇ ਬਾਕੀ ਇਹ ਨਹੀਂ ਪਤਾ ਮੁਲਾਜ਼ਮਾਂ ਨੇ ਦਿੱਤਾ ਹੈ ਕਿ ਧੀਰਾਂ ਨੇ ਦਿੱਤਾ ਧੀਰਾਂ ਦਾ ਨਾਮ ਮੁਲਾਜ਼ਮ ਹੀ ਆਏ ਆ ਉਹ ਪਹਿਲਾਂ ਮਨਪ੍ਰੀਤ ਹਸਪਤਾਲ ਲੈ ਗਏ ਆ ਉੱਥੋਂ ਉਹਨਾਂ ਜਵਾਬ ਦਿੱਤਾ ਉਹ ਕਹਿੰਦੇ ਸਰਕਾਰੀ ਹਸਪਤਾਲ ਲੈ ਜਾਓ ਦਰਸ਼ਨ ਸਿੰਘ ਦੀ ਮੌਤ ਹੋਈ ਉਹਦੇ ਵਿੱਚ ਜਿਹੜਾ ਪੁਲਿਸ ਦੇ ਉੱਪਰ ਆਰੋਪ ਆ ਕਿ ਪੁਲਿਸ ਨੂੰ ਲੈ ਗਏ ਔਰ ਇੱਕ ਘੰਟੇ ਬਾਅਦ ਵੀ ਮੌਤ ਹੋ ਗਈ ਹੈ ਪੁਲਿਸ ਨੂੰ ਉਹ ਕਹਿ ਰਿਹਾ ਜੀ ਪੁਲਿਸ ਜਾਂ ਬਿੱਟੂ ਧੀ ਨੇੜੇ ਜਹਿਰ ਦਿੱਤਾ ਵਾ ਨਹੀਂ ਇਹੋ ਜਿਹਾ ਕੋਈ ਨਹੀਂ ਇੱਕ ਵੀਡੀਓ ਵਾਇਰਲ ਹੋਈ ਉਹਦੇ ਹਿਸਾਬ ਨਾਲ ਹੀ ਜਿਹੜੀ ਗੱਲ ਉਹਦੇ ਉਹ 'ਚ ਬੋਲਣ ਡਿਆ ਉਹਦੇ ਹਿਸਾਬ ਨਾਲ ਜੋ ਵੀ ਕਾਰਵਾਈ ਬਣਦੀ ਉਹ ਕਰਾਂਗੇ ਵੀਡੀਓ ਤੇਰੇ ਵਿੱਚ ਜਿਹੜਾ ਵੀਡੀਓ 'ਚ ਕਿਸ ਦਾ ਨਾਮ ਲੈ ਰਹੇ ਹੋ ਕੌਣ ਹੈ ਉਹ ਬਿੱਟੂ ਧੀਰ ਦਾ ਲੈ ਰਿਹਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਜ਼ਮੀਨ ਦਾ ਝਗੜਾ ਚੱਲਦਾ ਉਹਦਾ ਨਾਮ ਲੈ ਰਿਹਾ ਵੀ ਉਹ ਲੈ ਕੇ ਗਿਆ ਠੀਕ ਹੈ ਕੀ ਕਾਰਵਾਈ ਕੀ ਹੈ ਹੁਣ ਇਹਦੇ ਵਿੱਚ ਕੀ ਹੋ ਸਕਦਾ ਉਹਦੇ ਮੁਤਾਬਕ ਕਰਾਂਗੇ ਅਜੇ ਇਹਨਾਂ ਬਿਆਨ ਦੂਜਾ ਕਰਦਿਆਂ ਕੋਈ ਅਜੇ ਬਿਆਨ ਨਹੀਂ ਦਿੱਤਾ ਜੋ ਉਹਦਾ ਬਿਆਨ ਹੈ ਉਹਦੇ ਮੁਤਾਬਕ ਕਾਰਵਾਈ ਜੋ ਵੀ ਉਹ ਬਣਦੀ ਉਹ ਕਰਦਾ ਅਤੇ ਵੀਡੀਓ ਦਾ ਕੋਈ ਆਧਾਰ ਹੁੰਦਾ ਜੀ ਵੀਡੀਓ ਦੇ ਆਧਾਰ 'ਤੇ ਕੁਛ ਹੋ ਸਕਦਾ ਵੀਡੀਓ ਦਾ ਉਹਦਾ ਬਿਆਨ ਹੈ ਫਿਰ ਵੀਡੀਓ ਦੇ ਆਧਾਰ 'ਤੇ ਨਾਮ ਕੋਈ ਬਿਆਨ ਦਊ ਫਿਰ ਵੀਡੀਓ ਦੇ ਆਧਾਰ 'ਤੇ ਕਾਰਵਾਈ ਤਾਂ ਕਰਾਂਗੇ ਜਿਹੜੀ ਭਾਈ ਵੀਡੀਓ ਵਾਇਰਲ ਹੋਈ ਹੈ ਇਹ ਉਸ ਨੇ ਪੋਇਜ਼ਨ ਲਈ ਪਈ ਸੀਗੀ ਤਾਂ ਇਹ ਜਿਹੜੀ ਵੀਡੀਓ ਉਹਦੇ ਮਰਦੇ ਸਮੇਂ ਦਾ ਬਿਆਨ ਲਾਸਟ ਬਿਆਨ ਹੈ ਇਹ ਲਾਸਟ ਬਿਆਨ ਹੀ ਹੈ ਲਾਸਟ ਬਿਆਨ ਹੀ ਸਮਝਾਂਗੇ ਬਾਕੀ ਡਾਕਟਰ ਸਾਹਿਬ ਦੀ ਹਾਜ਼ਰੀ 'ਚ ਵੀਡੀਓ ਬਣੀ ਦੇਖ ਲਾਂਗੇ ਕੀ ਹੈ ਸਾਡੇ ਤੁਹਾਡੇ ਕੋਲ ਵੀਡੀਓ ਆ ਗਈ ਨਹੀਂ ਅਜੇ ਤੱਕ ਨਹੀਂ ਆਈ